ਪੰਜਾਬੀ ਟੇਸ਼ਨ ਤੁਸੀਂ ਦੇਖ ਰਹੇ ਹੋ ਜੀ, ਮੈਂ ਯੋਗੇਸ਼ ਗੁਰਨਾ ਅਤੇ ਇਸ ਵਕਤ ਅਸੀਂ ਲਾਟੂ ਫਿਲਮ ਦੀ ਸਪੈਸ਼ਲ ਸਕਰੀਨਿੰਗ 'ਤੇ ਪਹੁੰਚੇ ਹੋਏ ਹਾਂ ਜੀ, ਅਤੇ ਮੇਰੇ ਨਾਲ ਨੇ ਫਿਲਮ ਦੇ ਵਿੱਚ ਬਹੁਤ ਹੀ ਵਧੀਆ ਕੈਰੈਕਟਰ ਪਲੇ ਕਰਨ ਵਾਲੇ ਨਿਸ਼ਾ ਬਾਨੋ ਮੈਮ, ਅਤੇ ਆਓ ਜਾਣਦੇ ਇਹਨਾਂ ਤੋਂ ਇਹਨਾਂ ਦੇ ਕੈਰੈਕਟਰ ਦੇ ਬਾਰੇ, ਅਤੇ ਫਿਲਮ ਦਾ ਰਿਸਪੋਂਸ ਬੜਾ ਅੱਛਾ ਰਿਹਾ ਅਤੇ ਉਹਦੇ ਬਾਰੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ, ਸਭ ਤੋਂ ਪਹਿਲਾਂ ਤਾਂ ਜੀ ਮੁਬਾਰਕਾਂ ਤੁਹਾਨੂੰ ਫਿਲਮ ਦਾ ਰਿਸਪੋਂਸ ਬੜਾ ਸੋਹਣਾ, ਕੀ ਕਹਿਣਾ ਚਾਹੋਗੇ? ਥੈਂਕ ਯੂ ਸੋ ਮਚ ਜੀ। ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਸਾਰਿਆਂ ਦਾ ਰਿਸਪੋਂਸ ਵਧੀਆ ਹੁੰਦਾ ਹੈ, ਅਤੇ ਬਾਕੀ ਸਾਰੇ ਜਣੇ ਬਹੁਤ ਐਕਸਾਈਟਡ ਨੇ ਮੂਵੀ ਨੂੰ ਲੈ ਕੇ, ਉਨੇ ਐਕਸਾਈਟਡ ਅਸੀਂ ਖੁਦ ਵੀ ਹਾਂ ਜੀ। ਅੱਛਾ, ਜਦੋਂ ਤੁਹਾਨੂੰ ਇਸ ਮੂਵੀ ਦੇ ਵਿੱਚ ਕੈਰੈਕਟਰ ਆਫਰ ਹੋਇਆ ਤਾਂ ਤੁਸੀਂ ਕੀ ਸੋਚ ਕੇ ਫਿਰ ਇਸ ਕੈਰੈਕਟਰ ਨੂੰ ਹਾਂ ਕੀਤੀ? ਮੈਨੂੰ ਐਕਚੁਅਲੀ ਮਾਨਵ ਜੀ ਨੇ ਮੇਰਾ ਕੈਰੈਕਟਰ ਸੁਣਾਇਆ ਸੀਗਾ, ਅਤੇ ਮੈਨੂੰ ਜਦੋਂ ਉਹਨਾਂ ਨੇ ਕੈਰੈਕਟਰ ਦੱਸਿਆ ਤਾਂ ਮੈਨੂੰ ਬੜਾ ਵਧੀਆ ਲੱਗਿਆ ਜੀ। ਮੇਰਾ ਨਾਂ ਹੀ ਬੜਾ ਵਧੀਆ ਇਸ ਫਿਲਮ ਦੇ ਵਿੱਚ, ਮਾਣੋ ਜੀ ਬਿਲਕੁਲ। ਅਤੇ ਮੈਨੂੰ ਬਚਪਨ ਦੇ ਵਿੱਚ ਵੀ ਮੇਰੇ ਮੰਮਾ ਮਾਣੋ ਮਾਣੋ ਕਹਿੰਦੇ ਰਹਿੰਦੇ ਸੀ ਕਿਉਂਕਿ ਮੇਰੀ ਆਈਜ਼ ਉਦਾਂ ਦੀਆਂ ਨੇ, ਅਤੇ ਬਹੁਤ ਜ਼ਿਆਦਾ ਸੋਹਣੀ ਮੂਵੀ ਬਣੀ ਹੈ ਅਤੇ ਮੇਰਾ ਕੈਰੈਕਟਰ ਵੀ ਬਹੁਤ ਵਧੀਆ ਜੀ। ਅਦਿਤੀ ਮੈਮ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿੱਦਾਂ ਰਿਹਾ? ਅਦਿਤੀ ਨਾਲ ਮੈਂ ਆਲਰੇਡੀ ਕੰਮ ਕਰ ਚੁੱਕੀ ਹਾਂ ਅੰਗਰੇਜ਼ ਮੂਵੀ ਦੇ ਵਿੱਚ, ਅਤੇ ਸਾਡੀ ਦੋਨਾਂ ਦੀ ਕੈਮਿਸਟਰੀ ਬਹੁਤ ਜ਼ਿਆਦਾ ਲਾਈਕ ਕਰੀ ਸੀ ਲੋਕਾਂ ਨੇ, ਦੁਬਾਰਾ ਫੇਰ ਕਰ ਰਹੇ ਹਾਂ। ਬਹੁਤ ਹੀ ਜ਼ਿਆਦਾ ਵਧੀਆ ਐਕਟਰੈਸ ਹੈ ਅਤੇ ਬਹੁਤ ਹੰਬਲ ਹੈ, ਅਤੇ ਆਲਵੇਜ਼ ਉਹਦੇ ਨਾਲ ਕੰਮ ਕਰਕੇ ਵਧੀਆ ਲੱਗਦਾ। ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਮੈਮ ਕੁਝ ਦੱਸਣਾ ਚਾਹੋ, ਕਿਸ ਤਰ੍ਹਾਂ ਦੀਆਂ ਮੂਵੀਜ਼ ਦੇ ਵਿੱਚ ਕਿਸ ਤਰ੍ਹਾਂ ਦੇ ਕੈਰੈਕਟਰ ਹੋਰ ਤੁਹਾਡੇ ਅਸੀਂ ਇਨ ਫਿਊਚਰ ਦੇਖ ਸਕਦੇ ਹਾਂ? ਦੇਖੋ, ਮੇਰੇ ਹੁਣ ਰੀਸੈਂਟ ਮੂਵੀ ਆਈ ਸੀ ਆਟੇ ਦੀ ਚਿੜੀ ਅਤੇ ਰਾਂਝਾ ਰਿਫਿਊਜ਼ੀ, ਜਿਹੜੀ ਲੋਕਾਂ ਨੇ ਬਹੁਤ ਜ਼ਿਆਦਾ ਲਾਈਕ ਕਰੀ, ਬਹੁਤ ਜ਼ਿਆਦਾ ਪਿਆਰ ਦਿੱਤਾ, ਅਤੇ ਮੈਨੂੰ ਉਮੀਦ ਹੈ ਲਾਟੂ ਨੂੰ ਵੀ ਇੰਨੇ ਪਿਆਰ ਮਿਲੂ, ਅਤੇ ਅੱਗੇ ਮੇਰੀ ਆ ਰਹੀ ਹੈ ਮੈਰਿਜ ਪੈਲਸ, ਉਹਦੇ ਵਿੱਚ ਵੀ ਬੜਾ ਵਧੀਆ ਕਰੈਕਟਰ ਮੈਂ ਕਰ ਰਹੀ ਹਾਂ, ਅਤੇ ਉਸ ਤੋਂ ਇਲਾਵਾ ਛੱਲੇ ਮੁੰਦਿਆਂ ਦਾ ਸ਼ੂਟ ਚੱਲ ਰਿਹਾ, 2x5 ਚੱਲ ਰਹੀ ਹੈ, ਅਤੇ ਹੋਰ ਇਸ ਤੋਂ ਇਲਾਵਾ ਮੇਰੇ ਗਾਣੇ ਜਿਹੜੇ ਨੇ ਸਿੰਗਲ ਟਰੈਕ, ਹੁਣੇ ਮੇਰਾ ਕੱਲ੍ਹ ਪਰਸੋਂ ਡਰਾਇੰਗ ਰੂਮ ਗਾਣੇ ਦਾ ਪੋਸਟਰ ਰਿਲੀਜ਼ ਕਰਿਆ, ਅਤੇ ਫਿਲਮਾਂ ਦੇ ਨਾਲ ਨਾਲ ਆਪਾਂ ਗਾਣੇ ਵੀ ਦੇਵਾਂਗੇ। ਅੱਛਾ ਮੈਮ, ਕੋਈ ਡ੍ਰੀਮ ਰੋਲ ਤੁਸੀਂ ਸੋਚਿਆ ਹੋਇਆ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਅਗਰ ਮੇਰੀ ਮਰਜ਼ੀ ਨਾਲ ਮੈਂ ਕੋਈ ਕੈਰੈਕਟਰ ਕਰਨਾ ਚਾਹਾਂ ਤਾਂ ਕਿਸ ਤਰ੍ਹਾਂ ਦਾ ਕੈਰੈਕਟਰ ਤੁਸੀਂ ਸੋਚਿਆ ਵੀ ਮੈਂ ਇਸ ਤਰ੍ਹਾਂ ਦਾ ਕਰੂੰ ਅਗਰ ਮੌਕਾ ਮਿਲੇ? ਦੇਖੋ, ਮੈਂ ਮੰਨਦੀ ਹਾਂ ਵੀ ਹਾਲੇ ਕੈਰੈਕਟਰ ਮੇਰਾ ਮਤਲਬ ਸਫ਼ਰ ਸ਼ੁਰੂ ਹੋਇਆ ਜੀ, ਜਿੱਦਾਂ ਇੱਕ ਡ੍ਰੀਮ ਕੈਰੈਕਟਰ ਦੀ ਗੱਲ ਕਰਾਂ, ਹਾਲੇ ਮੈਂ ਕੁਛ ਵੀ ਨਹੀਂ ਕੀਤਾ, ਮੇਰੀ ਹਾਲੇ ਸ਼ੁਰੂਆਤ ਹੈ, ਹਾਲੇ ਬਹੁਤ ਲੰਮਾ ਮੇਰਾ ਸਫ਼ਰ ਹੈ, ਮੇਰੀ ਮੰਜ਼ਿਲ ਬੜੀ ਦੂਰ ਹੈ, ਅਤੇ ਮੈਂ ਤੈਅ ਕਰ ਰਹੀ ਹਾਂ ਬਹੁਤ ਸਾਰੇ ਕੈਰੈਕਟਰ ਨੇ ਜਿਹੜੇ ਮੈਂ ਕਰਨਾ ਚਾਹੁੰਦੀ ਹਾਂ ਹਾਲੇ। ਤੁਸੀਂ ਬੜੇ ਘੱਟ ਸਮੇਂ 'ਚ ਆਪਣਾ ਨਾਂ ਬਣਾ ਲਿਆ, ਨੋ ਡਾਊਟ ਤੁਸੀਂ ਬਹੁਤ ਮਿਹਨਤ ਕੀਤੀ ਆ, ਜੋ ਨਵੀਆਂ ਕੁੜੀਆਂ ਆਉਣਾ ਚਾਹੁੰਦੀਆਂ ਨੇ ਇਸ ਇੰਡਸਟਰੀ ਦੇ ਵਿੱਚ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ? ਉਹਨਾਂ ਨੂੰ ਮੈਂ ਇਹੀ ਮੈਸੇਜ ਦਊਂਗੀ, ਦੇਖੋ ਸਭ ਤੋਂ ਪਹਿਲਾਂ ਜਿਹੜਾ ਵੀ ਤੁਸੀਂ ਸੁਪਨਾ ਲੈ ਰਹੇ ਹੋ, ਜੋ ਵੀ ਹੈ, ਉਹਨੂੰ ਆਪਣੇ ਟੈਲੈਂਟ ਨੂੰ ਦੇਖ ਕੇ ਲਓ, ਇੱਦਾਂ ਨਾ ਹੋਵੇ ਕਿ ਤੁਸੀਂ ਬਣਨਾ ਚਾਹੁੰਦੇ ਹੋ, ਮਤਲਬ ਤੁਹਾਡੀ ਜੋ ਕਾਬਲੀਅਤ ਐਕਟਰਸ ਦੀ ਹੈ ਅਤੇ ਤੁਸੀਂ ਜਾ ਰਹੇ ਹੋ ਡਾਕਟਰੀ ਵੱਲ। ਮੈਨੂੰ ਲੱਗਦਾ ਹਰ ਬੰਦੇ ਦੇ ਵਿੱਚ ਜਿਹੜਾ ਵੀ ਉਹ ਲਾਈਨ ਚੁਣਦਾ ਉਹਦੇ ਵਿੱਚ ਉਹ ਪਹਿਲਾਂ ਗੁਣ ਹੋਣੇ ਜ਼ਰੂਰੀ ਨੇ, ਸੋ ਜਿਹੜੀਆਂ ਵੀ ਕੁੜੀਆਂ ਨੇ ਚਾਹੇ ਉਹ ਐਕਟਰਸ ਬਣਨਾ ਚਾਹੁੰਦੀਆਂ, ਚਾਹੇ ਟੀਚਰ ਬਣਨਾ ਚਾਹੁੰਦੀਆਂ, ਚਾਹੇ ਡਾਕਟਰ ਬਣਨਾ ਚਾਹੁੰਦੀਆਂ, ਆਪਣੇ ਸੁਪਨਿਆਂ ਲਈ ਮਿਹਨਤ ਕਰੋ, ਮਿਹਨਤ ਕਰੋਗੇ ਤਾਂ ਤੁਹਾਡੇ ਸੁਪਨੇ ਜ਼ਰੂਰ ਸਾਕਾਰ ਹੋਣਗੇ ਜੀ। ਤੁਸੀਂ ਐਜ਼ ਅ ਐਕਟਰ ਇੰਡਸਟਰੀ 'ਚ ਇਸਟੈਬਲਿਸ਼ ਆਲਮੋਸਟ ਹੋ ਚੁੱਕੇ ਹੋ, ਫਿਰ ਤੁਸੀਂ ਸਿੰਗਿੰਗ ਵੱਲ ਵੀ ਤੁਸੀਂ ਹੱਥ ਅਜ਼ਮਾ ਰਹੇ ਹੋ, ਕੀ ਇਸ ਤਰ੍ਹਾਂ ਦੀ ਕੋਈ ਇਨਸਿਕਿਉਰਿਟੀ ਮਨ 'ਚ ਰਹਿੰਦੀ ਹੈ ਕਿ ਸਿਰਫ ਐਜ਼ ਐਨ ਐਕਟਰ ਕਰੀਅਰ ਲੰਬਾ ਨਹੀਂ ਜਾਂ ਕੁਛ ਇੱਦਾਂ ਦਾ, ਇਸ ਕਰਕੇ ਤੁਸੀਂ ਸਿੰਗਿੰਗ ਲਾਈਨ 'ਚ? ਦੇਖੋ, ਫਸਟ ਗੱਲ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਮੈਂ ਐਕਟਰ ਨਾਲੋਂ ਪਹਿਲਾਂ ਸਿੰਗਰ ਸੀ ਜੀ, ਹਾਲਾ ਚੱਕਰ ਇਹ ਹੈ ਕਿ ਮੇਰੇ ਗਾਣੇ ਸਾਹਮਣੇ ਨਹੀਂ ਆਏ, ਇਸ ਕਰਕੇ ਲੋਕਾਂ ਨੂੰ ਨਹੀਂ ਪਤਾ, ਪਰ ਪਹਿਲਾਂ ਜੇ ਤੁਸੀਂ ਮੇਰੇ 'ਤੇ ਸਰਚ ਕਰਕੇ ਦੇਖੋ, ਮੇਰੇ ਪਹਿਲਾਂ ਗਾਣੇ ਆਏ ਹੋਏ ਨੇ, ਫਿਲਮਾਂ ਮੈਂ ਬਾਅਦ 'ਚ ਕਰੀਆਂ ਨੇ ਜੀ, ਜੱਟ ਐਂਡ ਜੂਲੀਅਟ 1 ਦੇ ਵਿੱਚ ਮੈਂ ਫਸਟ ਕੈਮਿਓ ਕੀਤਾ ਸੀ, ਅਤੇ ਬਾਕੀ ਮੈਂ ਗੱਲ ਕਰਾਂ ਇਸ ਚੀਜ਼ ਦੀ, ਮੈਨੂੰ ਲੱਗਦਾ ਫਿਲਮਾਂ ਤਾਂ ਲਾਈਫ ਟਾਈਮ ਤੱਕ ਚੱਲਦੀਆਂ ਰਹਿੰਦੀਆਂ, ਜਿੱਦਾਂ ਜਿੱਦਾਂ ਤੁਹਾਡੀ ਏਜ ਚੇਂਜ ਹੁੰਦੀ ਹੈ ਤੁਹਾਡੇ ਕਰੈਕਟਰ ਚੇਂਜ ਹੁੰਦੇ ਰਹਿੰਦੇ। ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ ਆਪਾਂ ਨੂੰ ਸਿੰਗਿੰਗ ਵੱਲ ਭੱਜਣਾ ਚਾਹੀਦਾ, ਸਿੰਗਿੰਗ ਮੇਰਾ ਇੱਕ ਲਵ ਹੈ ਜਿਹਨੂੰ ਮੈਂ ਜ਼ਿਆਦਾ ਪਿਆਰ ਕਰਦੀ ਹਾਂ, ਅਤੇ ਉਹ ਮਤਲਬ ਮੈਨੂੰ ਇਹ ਕਿ ਮੈਂ ਸਿੰਗਿੰਗ ਕਰਨੀ ਕਰਨੀ ਹੈ, ਚਾਹੇ ਮੈਂ ਹੋਰ ਜੋ ਮਰਜ਼ੀ ਕੰਮ ਕਰਾਂ, ਪਰ ਸਿੰਗਿੰਗ ਦੇ ਨਾਲ ਨਾਲ ਮੈਨੂੰ ਫਿਲਮਾਂ 'ਚ ਆਫਰ ਆਈ ਤਾਂ ਮੈਂ ਉਹ ਵੀ ਅਸੈਪਟ ਕਰੀ ਜੀ। ਬਟ ਹੁਣ ਤੁਹਾਨੂੰ ਟਫ ਨਹੀਂ ਲੱਗਦਾ ਕਿਉਂਕਿ ਇੱਧਰ ਵੀ ਤੁਹਾਡੀ ਡਿਮਾਂਡ ਵੱਧ ਰਹੀ ਹੈ ਫਿਲਮਾਂ 'ਚ ਅੱਛੇ ਕੈਰੈਕਟਰ ਤੁਹਾਡੇ ਕੋਲ ਆ ਰਹੇ ਨੇ, ਅਤੇ ਤੁਸੀਂ ਆਪਣਾ ਸਿੰਗਿੰਗ ਕਰੀਅਰ ਵੀ ਮੇਨਟੇਨ ਕਰਨਾ, ਫਿਰ ਕਿੱਦਾਂ ਦੇਖਦੇ ਹੋ? ਤੁਹਾਨੂੰ ਨਹੀਂ ਲੱਗਦਾ ਕਿ એનર્ਜੀ ਮੇਰੀ ਵੰਡੀ ਜਾਏਗੀ? ਨਹੀਂ, ਇਦਾਂ ਦੀ ਗੱਲ ਨਹੀਂ ਹੁੰਦੀ। ਦੇਖੋ, ਮੇਰੀ ਜੌਬ ਹੈ ਸਿੰਗਿੰਗ ਜਾਂ ਐਕਟਿੰਗ, ਅਤੇ ਜਿੱਦਾਂ ਇੱਕ ਮਤਲਬ ਦਿਹਾੜੀ ਆ ਜਾਂਦਾ ਡੇਲੀ ਕੰਮ ਕਰਨ ਲਈ, ਮੈਨੂੰ ਵੀ ਇਦਾਂ ਹੀ ਲੱਗਦਾ ਕਿ ਮੇਰਾ ਕੰਮ ਹੈ ਜੀ। ਮੈਂ ਫਿਲਮ ਕਰਨ ਜਾਂਦੀ ਹਾਂ, ਮੈਂ ਸ਼ੂਟ ਕਰਨ ਜਾਂਦੀ ਹਾਂ, ਜਦੋਂ ਮੈਂ ਫ੍ਰੀ ਹੁੰਦੀ ਹਾਂ ਉਦੋਂ ਮੈਂ ਸਿੰਗਿੰਗ ਕਰਦੀ ਹਾਂ, ਮੈਂ ਦੋਨੋਂ ਚੀਜ਼ਾਂ ਨੂੰ ਮੈਨੇਜ ਕਰ ਲੈਂਦੀ ਹਾਂ। ਮੈਨੂੰ ਨਹੀਂ ਲੱਗਦਾ ਜਿਹੜੀ ਚੀਜ਼ ਦੇ ਵਿੱਚ ਤੁਹਾਨੂੰ ਮਜ਼ਾ ਆਉਂਦਾ ਹੋਵੇ, ਤੁਸੀਂ ਇੰਜੋਏ ਕਰਦੇ ਹੋ, ਤੁਹਾਨੂੰ ਬੋਰਿੰਗ ਲੱਗੂਗੀ ਕਦੇ ਵੀ ਜਾਂ ਔਖਾ ਲੱਗੂਗਾ। ਫਾਈਨਲੀ, ਜਿਨ੍ਹਾਂ ਨੇ ਅਜੇ ਤੱਕ ਲਾਟੂ ਨਹੀਂ ਵੇਖੀ ਉਹਨਾਂ ਨੂੰ ਆਪਣੇ ਵੱਲੋਂ ਫੈਮਲੀਜ਼ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ, ਫਿਲਮਾਂ ਬਹੁਤ ਸਾਰੀਆਂ ਬਣਦੀਆਂ ਨੇ, ਬਟ ਇਦਾਂ ਦੀਆਂ ਫਿਲਮਾਂ ਜਿਹਦੇ ਵਿੱਚ ਕੋਈ ਚੈਲੰਜ ਹੋਵੇ ਉਹ ਆਲਵੇਜ਼ ਵਧੀਆ ਹੁੰਦੀਆਂ ਨੇ ਜੀ, ਤੇ ਮੈਨੂੰ ਲੱਗਦਾ ਕਿ ਇੱਕ ਵਾਰੀ ਸਿਰਫ ਸਾਡੇ ਕਹਿਣ ਦੇ ਵਿੱਚ ਥੀਏਟਰ ਦੇ